ਦਰਿਆ ਤੋਂ ਪਾਰ ਮੇਰੀ ਜ਼ਮੀਨ ਆ ਸਾਡੀ, ਅਤੇ ਅਸੀਂ ਬਹੁਤ ਜ਼ਿਆਦਾ ਮੁਸ਼ਕਲ, ਕਦੇ ਪਾਣੀ ਆ ਜਾਂਦਾ, ਕਦੇ ਪੋਰਟਲ ਨਹੀਂ ਆਉਂਦਾ, ਕਦੇ ਕੋਈ ਰੌਲਾ ਪੈ ਜਾਂਦਾ, ਅਸੀਂ ਲੋਕ ਉੱਜੜੇ ਰਹਿੰਦੇ ਹਾਂ, ਬਹੁਤ ਜ਼ਿਆਦਾ ਬੰਦੇ ਮਰੇ ਨੇ ਫੌਜੀ, ਉਹਨਾਂ ਕਰਕੇ ਮਾਹੌਲ ਸਾਰਾ ਇੱਦਾਂ ਆਰਮੀ ਲੱਗੀ ਆ, ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਆ। ਦਰਿਆ ਤੋਂ ਪਾਰ ਆ ਘੜੀਆਂ, ਉੱਥੋਂ ਚੀਜ਼ਾਂ ਕਢਾਤੀਆਂ ਨੇ ਵੀ ਪਛਾਣ ਲੈ ਜਾਓ, ਇਹੋ ਟਰੈਕਟਰ ਕਿਸੇ ਦੇ ਮਸ਼ੀਨਾਂ ਕ ਇਹੋ ਜਿਹੀਆਂ ਚੀਜ਼ਾਂ। ਹਾਂਜੀ, ਆ ਕੰਢੇ ਦੇ ਕੰਢੇ ਜੇ ਸਾਡੀ ਪਹਿਲੀ ਸਾਡੀ ਉਦੋਂ ਜਦੋਂ ਆਉਂਦੇ ਨੇ ਅਤੇ ਜ਼ਮੀਨਾਂ ਜਿਹੜੀਆਂ ਸਾਡੀਆਂ ਪਾਰ ਨੇ, ਫਸਲ ਸਾਡੀ ਉੱਧਰ ਰਹਿ ਜਾਂਦੀ ਆ, ਅਤੇ ਇੱਧਰ ਆਣ ਕੇ ਫਿਰ ਅਸੀਂ ਭੁੱਖੇ ਮਰਨੇ, ਨਾ ਕੋਈ ਕੁਝ ਜੁੜਦਾ ਹੀ ਸਾਨੂੰ। ਆਏ ਪੁੱਲ ਟੁੱਟ ਗਿਆ ਸੀ ਅਤੇ ਦੋ ਵਾਰਾਂ ਰੁੜ ਗਿਆ ਆ, ਮੁੜ ਕੇ ਫਿਰ ਆਣ ਕੇ ਫਿਰ ਆ ਹੁਣ ਬੰਦਾ ਆਇਆ। ਕਸਬਾਲੇ ਪੈਂਦੇ ਜੀ, ਕਸਬਾਲੇ ਸਾਹਿਬ ਨੂੰ ਉੱਥੇ ਆ ਜੀ, ਦਰਿਆਓਂ ਪਾਰ ਹੈ, ਜਿਹਦੇ ਕਰਕੇ ਆਪਾਂ ਨੂੰ ਇਹ ਇੱਕ ਤਾਂ ਮਤਲਬ ਬਹੁਤ ਪਰੇਸ਼ਾਨੀ ਹੋ ਰਹੀ ਹੈ, ਗੰਨਾ ਲਗਾਇਆ ਵਾ ਲੇਕਿਨ ਬਾਰਿਸ਼ ਉੱਪਰ ਸੇ ਬਹੁਤ ਪਰੇਸ਼ਾਨੀ ਹੋ ਰਹੀ ਬਾਰਿਸ਼ ਕਰਕੇ। ਇਹ ਨਦੀ ਜਿਹੜੀ ਆ 88 'ਚ ਇੱਥੇ ਆਈ ਹੈ, ਇਹ ਉੱਥੇ ਹੀ ਮੇਰਾ ਪਿੰਡ ਧਰਮਕੋਟ ਪੱਤਣ, ਜਿਹਦੇ ਵਿੱਚ ਨਾ ਦੋਵੇਂ ਵਾਰੀ ਦੋਵਾਂ ਜੰਗਾਂ ਦੇ ਵਿੱਚ ਪਾਕਿਸਤਾਨ ਏਰੀਆ ਲੈ ਲੈਂਦਾ ਰਿਹਾ, ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਰਿਹਾ, ਡੰਗਰ ਵੱਛਾ ਨਹੀਂ ਨਿਕਲਦਾ ਰਿਹਾ ਚਾਰਿਆਂ ਦਾ, ਭਾਰੂ ਵੀ ਇੱਧਰ ਵਾਲਿਆਂ ਦਾ ਵੀ, ਖਾਸ ਕਰਕੇ ਮੇਰੇ ਪਿੰਡ ਦਾ ਵੀ। ਜਦੋਂ ਅਸੀਂ ਆਪਣੇ ਪਿੰਡ 'ਚ, ਉਹ ਮੈਂ ਆਪਣੀ ਵੀ ਗੱਲ ਕਰਦਾ, ਜਦੋਂ ਅਸੀਂ ਆਪਣੇ ਪਿੰਡ 'ਚ ਉੱਠ ਕੇ ਗਏ ਹਾਂ ਤਾਂ ਤਕਰੀਬਨ 2 ਬੰਦੇ ਮਰ ਗਏ ਸਾਡੇ, ਇੱਕ ਤਾਂ ਬੋਟਮੈਨ ਮਰਿਆ ਸੀ, ਇੱਕ ਜਵਾਰਾ ਹੋਰ ਪਿੰਡ 'ਚ ਰਹਿੰਦਾ ਬੰਦਾ ਉਹ ਮਰਿਆ ਸੀ। ਡੰਗਰ ਨਹੀਂ ਸਾਡਾ ਕੋਈ, ਮੰਨ ਲਓ ਵੀ ਦਰਵਾਜ਼ੇ ਖੁੱਲ੍ਹੇ ਖੁੱਲ੍ਹੇ ਰਹਿ ਗਏ, ਬਿਸਤਰਾ ਭਾਂਡੇ ਕੁਛ ਨਹੀਂ ਸਾਨੂੰ, ਘੱਤਰ 'ਚ ਵੀ ਇੱਥੋਂ ਨਾ ਸਾਡੇ ਹੱਥ ਨਹੀਂ ਮੁੜ ਕੇ ਕੋਈ ਲੱਗਾ। ਇਹਦੇ ਬਾਰਡਰ 'ਤੇ ਰਹਿਣ ਵਾਲੇ ਜ਼ਿੰਦਗੀ ਕੀ ਹੈ, ਜ਼ਿੰਦਗੀ ਆ ਸਾਰੀ ਉਮਰ ਬੰਦਾ ਕਮਾਉਂਦਾ ਰਿਹਾ, ਅਤੇ ਜਦੋਂ ਸਾਨੂੰ ਭੱਜਣਾ ਪੈਂਦਾ ਅਤੇ ਉਹ ਕੱਖ ਵੀ ਨਹੀਂ ਸਾਡੇ ਮਗਰ ਪੱਲੇ ਪੈਂਦਾ।